ਅੰਤਰਾਤਮਾ ਦੀ ਮੰਨੇ ਅੰਦਰ ਜਿਹੜੀ ਉਹ ਆਵਾਜ਼ ਹੈ ਉਹ ਜੜ ਹੈ ਧਰਮ ਦੀ ਧਰਮ ਰਾਜ ਅੰਦਰ ਹੀ ਬੈਠਾ ਕਿਤੇ ਬਾਹਰ ਨਹੀਂ ਹੈ ਧਰਮ ਰਾਜ ਅੰਦਰ ਹੀ ਐਡਮਿਟ ਕਰ ਲੈਂਦਾ ਵੀ ਆਹ ਕੰਮ ਮਾੜਾ ਹੋ ਗਿਆ ਮੈਂ ਤੇ ਝੂਠ ਬੋਲਿਆ ਗਿਆ ਆਹ ਗਲਤੀ ਹੋ ਗਈ ਉਹੀ ਲਿਖਦਾ ਅੰਦਰ ਬੈਠਾ ਆਪ ਏ ਉੱਪਰੋਂ ਚਾਹੇ ਸ਼ੈਤਾਨ ਨਾ ਮੰਨੇ ਖੋਪੜੀ ਵਾਲਾ ਖੋਪੜੀ 'ਚ ਬੈਠਾ ਤਾਣਾ ਬਾਣਾ ਜਾਂ ਹੋਰ ਨਕਸ਼ਾ ਦਿਖਾ ਦਿੰਦਾ ਅੰਦਰੋਂ ਕਹਿੰਦਾ ਵੀ ਮੈਂ ਤੇ ਪਾਪ ਹੋ ਗਿਆ ਅਤੇ ਇਨਸਾਨ ਵੀ ਆਪ ਹੀ ਹੈ ਸ਼ੈਤਾਨ ਵੀ ਆਪ ਹੀ ਹੈ ਜੇ ਇਨਸਾਨ ਬਣ ਜਾਣ ਸਾਰੇ ਹੀ ਤਾਂ ਸੁੱਖ ਹੈ ਸ਼ੈਤਾਨ ਬਣ ਜਾਣ ਕੇ ਦੁੱਖ ਹੈ ਉਹ ਤਾਂ ਅੰਦਰ ਹੀ ਆਪਣੇ ਸਭ ਕੁਝ ਪਾ ਕੇ ਭੇਜਿਆ ਉਹਨੇ ਦੇਖੋ ਦੋ ਹਿੱਸੇ ਨੇ ਇਹਦੇ ਇਸ ਵਕਤ ਹੋਏ ਹੋਏ ਦੋ ਕਿਸਮ ਦੀ ਇਹਦੀ ਦੁਚਿੱਤੀ ਆ ਸਾਡੇ ਵਿੱਚ ਅਸੀਂ ਕਹਿੰਦੇ ਹਾਂ ਸਾਡੇ ਦੋ ਮਨ ਨੇ ਇਹ ਵੀ ਕਹਿ ਦਿੰਦੇ ਹਾਂ ਦੋ ਚਿੱਤ ਨੇ ਇਹ ਵੀ ਕਹਿ ਦਿੰਦੇ ਹਾਂ ਇੱਕ ਹਿੱਸਾ ਇਹਦਾ ਸ਼ੈਤਾਨ ਹੈ ਇੱਕ ਹਿੱਸਾ ਇਨਸਾਨ ਹੈ ਇਹ ਸ਼ੈਤਾਨ ਹੈ ਜੇ ਸ਼ੈਤਾਨ ਬਣੇ ਤਾਂ ਵੀ ਅੱਤ ਦਾ ਸ਼ੈਤਾਨ ਬਣ ਸਕਦਾ ਜੇ ਇਨਸਾਨ ਬਣੇ ਤਾਂ ਵੀ ਅੱਤ ਦਾ ਇਨਸਾਨ ਬਣ ਸਕਦਾ ਭਗਤ ਬਣ ਸਕਦਾ ਇਹ ਰਾਕਸ਼ਸ ਹੋਵੇ ਤਾਂ ਵੀ ਚੋਟੀ ਦਾ ਰਾਕਸ਼ਸ ਬਣ ਸਕਦਾ ਕਰੂਗਲ ਬਣਨਾ ਤਾਂ ਚਾਹੇ ਤਾਂ ਵੀ ਚੋਟੀ ਦਾ ਕਰੂਗਲ ਬਣ ਸਕਦਾ ਅਤੇ ਜੇ ਦਿਆਲੂ ਬਣਨਾ ਚਾਹੇ ਤਾਂ ਵੀ ਚੋਟੀ ਦਾ ਦਿਆਲੂ ਬਣ ਸਕਦਾ ਇਹ ਇਹਦੇ ਆਪਣੇ 'ਤੇ ਖੜ੍ਹਾ ਹੁਣ ਦੂਜਾ ਸਵਾਲ ਇਹ ਹੈ ਸੁਖੀ ਸਾਰੇ ਚਾਹੁੰਦੇ ਨੇ ਸੁੱਖ ਸਾਰੇ ਚਾਹੁੰਦੇ ਨੇ ਹੁਣ ਸੁੱਖ ਦਾ ਫਾਰਮੂਲਾ ਕੀ ਹੈ ਇੱਕ ਪੰਕਤੀ 'ਚ ਦਨੋਵੇਂ ਪਾਤਸ਼ਾਹ ਨੇ ਦੱਸਿਆ ਜੇ ਸੁੱਖ ਕੋ ਚਾਹੇ ਸਦਾ ਜੇ ਤੂੰ ਚਾਹੁੰਦਾ ਮੈਨੂੰ ਸਦਾ ਹੀ ਸੁੱਖ ਹੋਵੇ ਪਰਮਾਨੈਂਟ ਸੁੱਖ ਇਹ ਨਾ ਹੋਵੇ ਕਦੀ ਥੋੜ੍ਹਾ ਸੁੱਖ ਹੋ ਗਿਆ ਫਿਰ ਦੁੱਖ ਹੋ ਗਿਆ ਫਿਰ ਸੁੱਖ ਹੋ ਗਿਆ ਫਿਰ ਦੁੱਖ ਹੋ ਗਿਆ ਅਲਪ ਸੁੱਖ ਜਿਹਨੂੰ ਕਹਿ ਦਿੰਦੇ ਉਹ ਨਹੀਂ ਪਰਮਾਨੈਂਟ ਸੁੱਖ ਸੁੱਖ ਫਾਰ ਐਵਰ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਿਓ ਰਾਮ ਤੇਰੇ ਅੰਦਰ ਹੈ ਹੁਣ ਉਹ ਰਾਮ ਕੌਣ ਹੈ ਜਿਹਨੂੰ ਇਹ ਕਿਹਾ ਉਹ ਭਗਤ ਕਬੀਰ ਜੀ ਨੇ ਪਹਿਲਾਂ ਦੱਸਿਆ ਹੋਇਆ ਜਿਹੜਾ ਰਾਮ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਜਿਹਨੂੰ ਉਹ ਭਗਤ ਜੀ ਨੇ ਸਭਾ ਘੱਟ ਰਾਮ ਬੋਲਿਆ ਜੋ ਅੰਦਰ ਆਤਮਾ ਦੀ ਅੰਤਰਾਤਮਾ ਦੀ ਆਵਾਜ਼ ਹੈ ਉਹੀ ਤਾਂ ਰਾਮ ਹੈ ਉਹ ਆਤਮ ਰਾਮ ਲਿਓ ਪ੍ਰਵਾਨ ਕਬੀਰ ਕਹਿੰਦਾ ਆਪਣੇ ਆਪ ਨੂੰ ਰਾਮ ਮੰਨ ਲੈ ਤੂੰ ਰਾਮ ਹੈ ਰਾਮ ਕੀ ਅਣਸ ਰਾਮ ਏ ਹੁੰਦਾ ਕਹੋ ਕਬੀਰ ਤੂੰ ਰਾਮ ਕੀ ਅਣਸ ਅਣਸ ਹੈ ਤੂੰ ਰਾਮ ਏ ਅਣਛਾ ਅਵਤਾਰ ਹੈ ਰਾਮ ਦਾ ਇਹ ਆਦਮੀ ਪਰ ਸਾਨੂੰ ਤਾਂ ਪ੍ਰਚਾਰ ਹੋਰ ਕਰਤਾ ਉਹਨਾਂ ਨੇ ਝੂਠ ਬੋਲਿਆ ਇੱਥੇ ਗੁਰਬਾਣੀ ਨੇ ਉਹ ਝੂਠ ਤੋਂ ਖਿਲਾਫ਼ ਰਚੀ ਗਈ ਗੁਰਬਾਣੀ ਨਾਲ ਉਹਨਾਂ ਨੇ ਵੈਰ ਕੀਤਾ ਬਾਈਧਾਰੀਏ ਰਾਜੇ ਇਸੇ ਗੱਲ ਦਾ ਵੈਰ ਕਰਦੇ ਸੀ ਨਾ ਕਿ ਇਹ ਗੱਲਾਂ ਕਿਉਂ ਕਹਿਣਾ ਉੱਤਰੀ ਭਾਰਤ 'ਚ ਵਿਰੋਧ ਹੋਇਆ ਦੱਖਣੀ ਭਾਰਤ 'ਚ ਵਿਰੋਧ ਨਹੀਂ ਹੋਇਆ ਗੁਰਬਾਣੀ ਦਾ ਕਦੇ ਉੱਤਰੀ 'ਚ ਹੋਇਆ ਦੱਖਣੀ ਭਾਰਤ ਔਰ ਉੱਤਰੀ ਭਾਰਤ ਦੀ ਆਪਸ ਵਿੱਚ ਨਹੀਂ ਮਿਲਦੀ ਵਿਚਾਰਧਾਰਾ ਦੱਖਣੀ ਭਾਰਤ ਫਿਰ ਵੀ ਰਾਵਣ ਨਾਲ ਖੜ੍ਹਾ ਰਾਵਣ ਵੇਦ ਨਾਲ ਖੜ੍ਹਾ ਕ੍ਰਿਸ਼ਨ ਗੀਤਾ ਵੇਦ ਨਾਲ ਖੜ੍ਹੀ ਹੈ ਜ਼ਿਆਦਾ ਇਹਨਾਂ ਨੇ ਗੱਡਵੰਡ ਕਰਤੀ ਹੁਣ ਪੁਨ ਪਾਪ ਵੀ ਵਿੱਚ ਪੜਤਾ ਪਰ ਵੇਦ ਨਾਲ ਖੜ੍ਹੀ ਹੈ ਉਹ ਵੀ ਦੱਖਣੀ ਭਾਰਤ ਦਾ ਕ੍ਰਿਸ਼ਨ ਉੜੀਸਾ ਦਾ ਉੜੀਸਾ ਦੇ ਮੂਲ ਨਿਵਾਸੀ ਤਾਂ ਉੜੀਸਾ ਦਾ ਕ੍ਰਿਸ਼ਨ ਪੰਡਤ ਇਹ ਤੋਂ ਖਿਲਾਫ ਹੈ ਹਰ ਆਦਮੀ ਧਰਮ ਕਿਸੇ ਨੂੰ ਮੰਨੇ ਸੁਖੀ ਕਿਵੇਂ ਹੋਵੇ ਸੁਖੀ ਹੋਵੇ ਤਾਂ ਜੇ ਆਪਣੇ ਰਾਮ ਦੀ ਗੱਲ ਮੰਨੇ ਆਪਣੇ ਅੰਦਰ ਰਾਮ ਬੈਠਾ ਉਹਦੀ ਮੰਨੇ ਅੰਤਰਾਤਮਾ ਦੀ ਮੰਨੇ ਅੰਦਰ ਜਿਹੜੀ ਉਹ ਆਵਾਜ਼ ਹੈ ਉਹ ਜੜ ਹੈ ਧਰਮ ਦੀ ਧਰਮ ਰਾਜ ਅੰਦਰ ਹੀ ਬੈਠਾ ਕਿਤੇ ਬਾਹਰ ਨਹੀਂ ਹੈ ਧਰਮ ਰਾਜ ਅੰਦਰ ਹੀ ਐਡਮਿਟ ਕਰ ਲੈਂਦਾ ਵੀ ਆਹ ਕੰਮ ਮਾੜਾ ਹੋ ਗਿਆ ਮੈਂ ਤੇ ਝੂਠ ਬੋਲਿਆ ਗਿਆ ਆਹ ਗਲਤੀ ਹੋ ਗਈ ਉਹੀ ਲਿਖਦਾ ਅੰਦਰ ਬੈਠਾ ਆਪ ਏ ਕੋਈ ਨਹੀਂ ਲਿਖਦਾ ਇਹਦਾ ਲੇਖਾ ਇਹ ਆਪ ਏ ਆਪਣਾ ਲਿਖਦਾ ਪਾਪ ਹੋ ਜਾਂਦਾ ਅੰਦਰੋਂ ਡਰਦਾ ਵੀ ਹੈ ਵੀ ਗਲਤੀ ਹੋ ਗਈ ਐਡਮਿਟ ਕਰ ਲੈਂਦਾ ਉੱਪਰੋਂ ਚਾਹੇ ਸ਼ੈਤਾਨ ਨਾ ਮੰਨੇ ਖੋਪੜੀ ਵਾਲਾ ਖੋਪੜੀ 'ਚ ਬੈਠਾ ਤਾਣਾ ਬਾਣਾ ਜਾਂ ਹੋਰ ਨਕਸ਼ਾ ਦਿਖਾ ਦਿੰਦਾ ਅੰਦਰੋਂ ਕਹਿੰਦਾ ਵੀ ਮੈਂ ਤੇ ਪਾਪ ਹੋ ਗਿਆ ਅਤੇ ਇਨਸਾਨ ਵੀ ਆਪ ਹੀ ਹੈ ਸ਼ੈਤਾਨ ਵੀ ਆਪ ਹੀ ਹੈ ਜੇ ਇਨਸਾਨ ਬਣ ਜਾਣ ਸਾਰੇ ਹੀ ਤਾਂ ਸੁੱਖ ਹੈ ਸ਼ੈਤਾਨ ਬਣ ਜਾਣ ਕੇ ਦੁੱਖ ਹੈ ਬਸ
ਜਿਹੜਾ ਇਨਸਾਨ ਬਣ ਜੂਗਾ ਉਹ ਸਾਰੇ ਸ਼ੈਤਾਨਾਂ ਦੇ ਵਿਚਾਲੇ ਵੀ ਸੁਖੀ ਹੈ। ਉਹ ਇਕੱਲਾ ਹੋਜੂਗਾ, ਪਾਸੇ ਹੋਜੂ ਸ਼ੈਤਾਨਾਂ 'ਤੇ, ਉਹੀ ਹੈ ਆਪਣੀ ਤੀਨ ਲੋਕ 'ਤੇ ਨਿਆਰੀ ਕਰ ਲੂ ਮਥਰਾ। ਹੈਂ, ਹੁਣ ਅਸੀਂ ਆਪਣਾ ਦੂਰ ਆ ਕੇ ਬਹਿ ਗਏ ਸਾਰੇ ਸ਼ਹਿਰਾਂ ਤੋਂ, ਅਸੀਂ ਜ਼ਰੂਰ ਉਹਨਾਂ ਦੇ ਗਵਾਂਢ 'ਚ ਬੈਠਣਾ। ਹੈਂ, ਅਸੀਂ ਆਪਣਾ ਸੁੱਖ ਲੈਣਾ, ਉਹਨਾਂ ਨੇ ਆਪਣਾ ਮੌਜ ਕਰਨੀ ਹੈ। ਜਿਹਨੇ ਸੁੱਖ ਦੀ ਲੋੜ ਹੋਈ ਇੱਛਾ, ਉਹ ਸਾਡੇ ਕੋਲ ਇੱਥੇ ਆਜੂਗਾ। ਮੰਤਰ ਪੂਜੂ, ਸੁੱਖ ਦਾ ਮੰਤਰ ਹੈ, ਮੰਤਰ ਹੈ, ਸੁੱਖ ਨਹੀਂ ਹੈ ਸਾਡੇ ਕੋਲ, ਸੁੱਖ ਦਾ ਮੰਤਰ ਤਾਂ ਹੈਗਾ, ਜੇ ਸੁੱਖੋ ਚਾਹੇ ਸਦਾ ਸ਼ਰਨ ਰਾਮ ਕੀ ਲਿਓ। ਆਪਣੇ ਅੰਤਰ ਅੰਦਰਲੀ ਆਵਾਜ਼ ਸੁਣ, ਹਾਂ ਉਹਦੇ ਮੰਨਿਆ ਕਰ। ਚੱਲ ਜਿਹੋ ਜਿਹਾ ਤੂੰ ਚਾਹੁੰਦਾ ਵੀ ਦੂਏ ਨਾਲ ਮੇਰੇ ਨਾਲ ਸਲੂਕ ਹੋਵੇ, ਉਦੋਂ ਵਧੀਆ ਦੂਏ ਨਾਲ ਕਰ। ਜੇ ਤੂੰ ਚਾਹੁੰਦਾ ਨਾ ਮੈਨੂੰ ਘਰ ਗਏ ਨੂੰ ਉਹ ਦੁੱਧ ਪਿਲਾਵੇ, ਤੂੰ ਘਿਓ ਪਾ ਕੇ ਪਿਲਾਇਆ ਕਰ ਉਹਨੂੰ ਪਹਿਲਾਂ, ਦੁੱਧ ਆਪ ਦੁੱਧ ਵੀ ਪਿਲਾ, ਵਿੱਚ ਘਿਓ ਪਾ ਕੇ ਪਿਲਾ, ਫਿਰ ਤੂੰ ਦੁੱਧ ਦੀ ਆਸ ਕਰ ਸਕਦਾ। ਫਿਰ ਆਸ ਫਿਰ ਬਿਨਾ ਕਰ, ਜੇ ਪਿਲਾਉਣਾ ਪਿਲਾ ਦੂ, ਜੇ ਉਹਦੇ ਘਰ ਵਿਚਾਰੇ ਦੇ ਨਾ ਹੋਵੇ ਤੈਨੂੰ ਕਿੱਥੋਂ ਪਿਲਾਊ, ਆਸ ਕਰਨ ਦੀ ਕੀ ਲੋੜ ਪਈ ਹੈ ਤੈਨੂੰ। ਜੇ ਹੋਇਆ ਪਿਲਾਵੇ ਨਾ ਪਿਲਾਵੇ, ਆਸ ਕਰਕੇ ਨਾ ਪਿਲਾ ਵੀ ਮੈਨੂੰ ਪਿਲਾਊਗਾ। ਜੇ ਤੂੰ ਇੱਛਾ ਰੱਖਦਾ ਮੈਨੂੰ ਦੁੱਧ ਪਿਲਾਵੇ ਕੋਈ, ਤੂੰ ਘਿਓ ਪਾ ਕੇ ਪਿਲਾਉਣ ਲੱਗ ਜਾ। ਜੇ ਤੂੰ ਆਸ ਰੱਖਦਾ ਵੀ ਪਤਾਸੇ ਮਿਲਣੇ ਚਾਹੀਦੇ ਨੇ ਕਿਸੇ ਦੇ ਘਰ ਜਾ ਕੇ ਮਿੱਠਾ, ਤੂੰ ਕਿਹੜਾ ਪ੍ਰਸ਼ਾਦ ਬਣਾ ਕੇ ਸਿਖਾ, ਗੁਰੂ ਘਰ ਕਿਹੜਾ ਪ੍ਰਸ਼ਾਦ ਬਣਾ ਕੇ ਘਿਓ ਪਾ ਕੇ ਆਟਾ ਪਾ ਕੇ ਸਿਖਾਉਣ ਲੱਗਿਆ। ਵਧੀਆ ਮੰਦਰਾਂ 'ਚ ਨਹੀਂ ਮਿਲਦਾ ਸੀ, ਪਤਾਸੇ ਹੀ ਮਿਲਦੇ ਸੀ। ਜੇ ਤੂੰ ਇਹ ਆਸ ਰੱਖਦਾ ਤਾਂ ਉਦੋਂ ਵਧੀਆ ਚੀਜ਼ ਖੜਾ ਜਿਹੜੀ ਤੈਨੂੰ ਵਧੀਆ ਲੱਗਦੀ ਹੈ, ਬਸ ਫਿਰ ਤੈਨੂੰ ਖੁਸ਼ੀ ਮਿਲੂਗੀ। ਆਪ ਖਾ ਕੇ ਨਹੀਂ ਖੁਸ਼ੀ ਮਿਲਦੀ, ਆਪ ਖਾਏਗਾ ਰੋਗੀ ਹੋ ਜਾਏਗਾ, ਦੂਏ ਨੂੰ ਖੜਾਏਗਾ ਖੁਸ਼ੀ ਮਿਲੂਗੀ। ਆਪ ਕੜਾ ਪ੍ਰਸ਼ਾਦ ਖਾਈ ਜਾਓ ਰੋਗ ਹੋਜੂਗਾ, ਓਵਰ ਫੈਟਨੈਸ ਹੋਜੂਗੀ। ਦੂਜੇ ਨੂੰ ਖੜਾਈ ਜਾਓ, ਤੰਦਰੁਸਤ ਰਹੇਗਾ, ਖੁਸ਼ੀ ਰਹੂਗੀ। ਇਹ ਹੈ ਸੁੱਖ। ਸਾਨੂੰ ਆਪ ਖਾ ਕੇ ਜਿਹੜੇ ਖੁਸ਼ ਹੁੰਦੇ ਨੇ ਨਾ, ਆਪ ਪਹਿਨ ਕੇ ਖੁਸ਼ ਸੁੱਖ ਚਾਹੁੰਦੇ ਨੇ, ਉਹ 'ਚ ਨਹੀਂ ਹੈ। ਉਹ ਚੀਜ਼ ਦੂਏ ਨੂੰ ਦੇ ਕੇ ਜਿਹੜੀ ਖੁਸ਼ੀ ਹੈ ਉਹ ਕਿਤੋਂ ਵੀ ਨਹੀਂ ਮਿਲਣੀ, ਉਹ ਮੁੱਲ ਵੀ ਨਹੀਂ ਮਿਲਣੀ। ਤੁਸੀਂ ਇੱਥੇ 10 ਬੋਰੀਆਂ ਚੌਲਾਂ ਦੀਆਂ ਲੈ ਕੇ, 4 ਬੋਰੀਆਂ ਦਾ ਚੀਨੀ ਦੀਆਂ ਲੈ ਕੇ, 10 ਪੀਪੇ ਘਿਓ ਦੇ ਲੈ ਕੇ ਭੰਡਾਰਾ ਕਰ ਦਿਉ, ਜਿਹੜੀ ਉਹ ਤੁਹਾਨੂੰ ਖੁਸ਼ੀ ਮਿਲ ਜੂਗੀ, ਆਪ ਖਾਧੇ 'ਤੇ ਨਹੀਂ ਮਿਲਣੀ। ਕਿੰਨਾ ਖਾ ਲੇਗਾ? ਹੈਂ, ਸਹੀ ਗੱਲ, ਉਹ ਆਪ ਖਾਧੇ 'ਤੇ ਨਹੀਂ ਮਿਲਣੀ। ਆ ਖੜਾਓ ਨਾ ਗਰੀਬਾਂ ਨੂੰ, ਜਿਹਨਾਂ ਨੂੰ ਕਦੇ ਵਿਚਾਰਿਆਂ ਨੂੰ ਮਿਲਿਆ ਨਾ ਹੋਵੇ ਉਹ ਚੀਜ਼, ਉਹ ਵੀ ਖਾਣ ਵਿੱਚ ਆ ਕੇ, ਸਾਰੇ ਖਾਣ ਆ ਕੇ। ਇਹ ਨਾ ਹੋਵੇ ਵੀ ਚੋਣਵੇਂ ਬੰਦਿਆਂ ਨੂੰ VIP ਨੂੰ ਬੁਲਾ ਕੇ ਲੱਖਾਂ ਰੁਪਈਆ ਖਰਚ ਕਰਕੇ ਕਰ ਦਿਉ, ਉਹ ਨਹੀਂ ਗੱਲ, ਉਹ ਤੋਂ ਖੁਸ਼ੀ ਨਹੀਂ ਮਿਲਦੀ।